ਰਾਹੀਂ। ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲੇ ਮੁਹੰਮਦ। ਜਿਹੜੇ ਜਿਤਨੇ ਘਰ ਦੇ ਆਏ ਨੇ ਜੀ, ਉਹ ਸਾਰੇ ਬਕਾਇਦਾ ਮਜਲਿਸ ਥੋੜ੍ਹੀ ਦੇਰ ਤੱਕ ਸੁਣ ਲਓ ਤਾਂ ਕਿ ਹਾਜ਼ਰੀ ਹੋ ਜਾਏ, ਠੀਕ ਹੈ? ਬਹਿ ਜਾਓ ਸਾਰੇ। ਅੱਲਾਹੁਮਾ ਸੱਲਿ ਅਲਾ ਮੁਹੰਮਦ ਵਾਲੇ ਮੁਹੰਮਦ। ਆ ਜਾ ਬੰਦ ਇੱਕ ਪੜ ਲੈ ਜਾ, ਐਵੇਂ ਨਾ ਮਾਰੂ ਉਮਰ ਮੈਂ ਤੂੰ। ਦੁਆਏ ਹੁਜਤ ਖੁਦਾ ਬਿਸਮਿਲ੍ਲਾ ਰਹਿਮਾਨ ਰਹੀਮ ਅੱਲਾਮਾ ਕੁਲ ਬਲੀ ਕਲ ਹੁਜਤ ਬਿਨ ਸੱਲਾ ਸਲਾਮ ਸਲਵਾਤੋ ਕਾ ਅਲੈ ਹੈ ਵਾ ਅਲਾ ਵਾਈ ਫੀ ਆਦ ਸਾਤ ਵਫੀ ਬਿਨ ਸਾਤ ਇਨ ਸਦਰ ਨਹਾਰ ਵਲੀ ਜਮ ਵਾ ਫਜ਼ਮ ਵਾ ਕਾਇਦਮ ਵਾ ਨਾਸਰ ਅਮ ਵਾ ਦਲੀ ਲਮ ਵਾ ਐਨ ਅਨ ਹਤਾ ਤੁਸਕੇ ਨਾ ਹੋ ਅਰਜ਼ਾ ਕਾ ਤੋ ਅਮ ਵਤ ਮਤ ਆ ਫੀ ਆਦ ਤਵੀਲਾ ਯਾ ਰੱਬਲ ਹੁਸੈਨ ਬਹਿਕੇ ਦਮਲ ਹੁਸੈਨ ਇਸ ਫੇ ਸਦਰ ਹੁਸੈਨ ਬੇ ਜ਼ਹੂਰ ਅਲ ਹੁਜਤ ਅਲ ਕਾਇਮ ਆਲ ਮੁਹੰਮਦ। ਮੇਰੇ ਲਾ ਸਦਕਾ ਮੁਹੰਮਦ ਆਲ ਮੁਹੰਮਦ ਦਾ ਮਜਲਸ ਪਾਕ ਕਬੂਲ ਅਤੇ ਮਨਜ਼ੂਰ ਫਰਮਾ। ਬਣ ਜਾਣ ਦਾ ਅਖਰਾਜਾਤ ਲੰਗਰ ਨਿਆਜ਼ ਸਾਦਾਤ ਦੀ ਸਫ਼ੇ ਮਾਤਮ ਵਿੱਚ ਆਈ, ਜ਼ਾਕਰੀਨ ਦੀ ਪੜ੍ਹਾਈ ਮੈਂ ਅਖੀਰ ਦੀ ਨੌਕਰੀ, ਕਾਇਨਾਤ ਦਾ ਅੱਲਾ ਕਬੂਲ ਅਤੇ ਮਨਜ਼ੂਰ ਫਰਮਾ। ਸੱਯਦ ਸਜਦਾ ਸਦਾ ਵਸਦੇ ਰਹਿਣ, ਮੇਰੇ ਲਾ ਇਹਨਾਂ ਦੇ ਘਰਾਂ ਨੂੰ ਆਬਾਦ ਫਰਮਾ, ਇਹਨਾਂ ਨੂੰ ਸਿਹਤ ਕਾਮਲਾ ਆਜਲਾ ਤਾ ਫਰਮਾ, ਇਹਨਾਂ ਨੂੰ ਪੁੱਤਰਾਂ ਬਰਾਵਾਂ ਨਾਲ ਸ਼ਾਦੋਬਾਦ ਫਰਮਾ। ਸਲਵਾਤ ਬਾਬਾ ਜ਼ੇ ਬੁਲੰਦ ਪੜ੍ਹੋ। ਆਊਜ਼ ਬਿੱਲਾਹਿ ਮਿਨਸ ਸ਼ੈਤਾਨਿਰ ਰਜੀਮ ਬਿਸਮਿਲ੍ਲਾਹਿ ਰਹਿਮਾਨਿ ਰਹੀਮ ਸਲਵਾਤ ਅਲਹਮਦੁਲਿਲ੍ਲਾਹਿ ਨਵਰਾ ਕਲੁ ਬਨਾ ਬੇਮੁਸਾਇ ਬਿਲ ਹੁਸੈਨ ਸਲਵਾ। ਲਓ ਜੀ, ਜਿਤਨਾ ਕੁ ਵਕਤ ਹੈ ਖੁਤਬਾ ਕਾਫੀ ਅਤੇ ਦੋ ਬੰਦ ਅਤੇ ਤਾਲਬੇ ਦੁਆ। ਬੰਦ ਉਸ ਦੇ ਪੜ੍ਹਨਾ ਚਾਹੁੰਦਾ ਜਿਹੜਾ ਸੱਯਦ ਮਜ਼ਲੂਮ 14 ਸਾਲ ਦਾ ਕੈਦੀ, ਜਿਸ ਦੇ 19 ਪੁੱਤਰ 18 ਦੀਆਂ ਅਤੇ ਜਨਾਜ਼ਾ ਮਜ਼ਦੂਰਾਂ 'ਚ ਆਇਆ। ਮੇਰੇ ਵਾਜਬ ਇਤਰਾਮ ਜਨਾਬ ਕਾਸਮ ਬਾਜ਼ਾਰ ਗਿਆ ਮਦੀਨੇ ਵਾਲਿਆਂ, ਉਸਨੂੰ ਤਾਨੇ ਮਾਰੇ, ਤੇਰਾ ਬਾਪ ਕਿੱਥੇ? ਸ਼ਾਹ ਜੀ ਬਿਲਕੁਲ ਮੁਖਤਸਰ ਜੇ ਵਕਤ ਦੇ ਵਿੱਚ ਦੋ ਹੀ ਵਹਿਣ, ਕਾਸਮ ਘਰ ਆਇਆ, ਆ ਕੇ ਦੇ ਅੰਮਾ ਮੇਰਾ ਬਾਬਾ ਕਿੱਥੇ? ਪਾਕ ਸੈਨ ਫਰਮਾਇਆ ਤੇਰਾ ਬਾਬਾ ਨਾਨੇ ਦੇ ਦੀਨ ਦੀ ਤਬਲੀਗ ਕਰਨਗੇ। ਸ਼ਾਹਜ਼ਾਦਾ ਮੈਂ ਬਾਬੇ ਕੋ ਮਿਲਣਾ, ਮੁਖਤਸਰ ਕਰੀਏ, ਇਜਾਜ਼ਤ ਮਿਲ ਗਈ। ਮੇਰੀ ਸੈਨ ਫਰਮਾਇਆ ਕਾਸਮ ਇੱਕ ਮਾਂ ਦੀ ਵਸੀਅਤ ਯਾਦ ਰੱਖੇ। ਕਸਮਾ ਦੇ ਮਾਂ ਕਿਹੜੀ? ਮੇਰੀ ਸੈਣਾ ਦੀ ਇਹ ਦਿਨੇ ਸਫ਼ਰ ਕਰੇ, ਰਾਤ ਨੂੰ ਸਫ਼ਰ ਕਰੇ, ਦਿਨੇ ਆਰਾਮ ਕਰੇ,
ਅਤੇ ਮਾਂ ਦੀ ਵਸੀਅਤ ਕਦਾ ਨਾ ਭੁੱਲੇ, ਕਿਸੇ ਨੂੰ ਵੀ ਆਪਣੀ ਜ਼ਾਤ ਨਾ ਦੱਸੀ, ਮੈਂ ਜ਼ਾਤ ਦਾ ਸੱਯਦ। ਕਾਸਮ ਦੀ ਤਿਆਰੀ ਹੋਈ, ਭੈਣਾਂ ਨੂੰ ਮਿਲਣ ਲੱਗਿਆ ਕਾਸਮ, ਅਤੇ ਜਿਹੜੀ ਕਾਸਮ ਦੀਆਂ ਭੈਣਾਂ ਨੇ ਗੱਲ ਕੀਤੀ ਉਹ ਹੀ ਮੈਂ ਬੈਣ ਪੜ੍ਹਨ ਲੱਗਾ ਜੀ। ਸਾਡੇ ਪਿਓ ਗੋਂਡੇ ਸਲਾਮ ਦੇਵੇ ਤੇ ਮੈਂਡਾ ਵੀਰ ਨੇ ਰੱਬ ਦੇ ਨਾਂ ਤੇ ਪਹਿਲੇ ਹੱਥ ਚੁੰਮੇ ਹੱਥੇ ਕੜੀਆਂ ਵਾਲੇ ਫਿਰ ਹੱਥ ਲਾਵੇਂ ਕਦਮਾਂ ਆਖੇ ਦੀਆਂ ਬੋਸੇ ਦੇਂਦੀਆਂ ਨੀ ਤੇ ਇਹਨਾਂ ਕੜੀਆਂ ਵਾਲੀ ਜਾਤ ਰੱਬ ਜਾਣੇ ਕਿਵੇਂ ਸਮਦਾ ਉਸੇ ਸਰ ਰੱਖ ਕੇ ਨਾ ਸਿੱਖਾਂ। 14 ਸਾਲ ਦਾ ਕੈਦੀ 14 ਸਾਲ ਦੀਆਂ ਨੂੰ ਯਾਦ ਕਰਕੇ ਰੋਂਦਾ ਰਿਹਾ, ਦੀਆਂ ਬਾਬੇ ਨੂੰ ਯਾਦ ਕਰਕੇ ਰੋਂਦੀਆਂ ਰਹੀਆਂ। ਪਹਿਲਾ ਸਾਲ ਗੁਜ਼ਰਿਆ ਕੋਈ ਨਹੀਂ ਆਇਆ, ਦੂਜਾ ਸਾਲ ਗੁਜ਼ਰਿਆ ਕੋਈ ਨਹੀਂ ਆਇਆ, ਤੀਜਾ ਸਾਲ ਗੁਜ਼ਰਿਆ ਕੋਈ ਨਹੀਂ ਆਇਆ, ਰੋਣ ਵਾਲਿਆ ਚੌਥਾ ਸਾਲ ਗੁਜ਼ਰਿਆ ਕੋਈ ਨਹੀਂ ਆਇਆ, ਪੰਜਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ। ਸ਼ਾਲਾ ਇਵੇਂ ਗੁਜ਼ਰੇ ਹੋਵਣ ਜਿਵੇਂ ਮੈਂ ਪੜਦਾ ਆਵਣਾ, 7ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 8ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 9ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 10ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 11ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 12ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 13ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 14ਵਾਂ ਸਾਲ ਗੁਜ਼ਰਿਆ ਕੋਈ ਨਹੀਂ ਆਇਆ, 1 ਧੀਆਂ ਦਾ ਹੱਥ ਆਇਆ ਸਦਕੇ ਦਰੋਹ ਜ਼ਿੰਦਾਨ ਦੇ ਹੱਥਾਂ 'ਤੇ ਮੇਰੇ ਮਜ਼ਲੂਮ ਇਮਾਮ ਦਾ ਖੱਤ ਹੈ, ਮੌਲਾ ਦਿਨ ਗਾ ਪਈਆ ਦਿਨ ਦਰੋਗਾ ਹੱਥ ਨਾ ਲਾਵੇ ਮੇਰੀਆਂ ਧੀਆਂ ਦਾ ਹੱਥ ਹੀ, ਮੌਲਾ ਦੇ ਹੱਥਾਂ 'ਤੇ ਖੱਤ ਹੈ। ਮੇਰੇ ਇਮਾਮ ਨੇ ਖੱਤ ਨੂੰ ਹਾਂ ਦੇ ਨਾਲ ਲਾਇਆ ਫਿਰ ਚੁੰਮਿਆ, ਚੁੰਮ ਕੇ ਮੇਰੇ ਇਮਾਮ ਨੇ ਖੱਤ ਖੋਲਿਆ, ਤਰੀਰ ਪੜ੍ਹੀਏ, ਪਹਿਲੀ ਸਤਰ 'ਤੇ ਲਿਖਿਆ ਹੋਇਆ ਈ ਕਿਹੜੇ ਜੁਰਮ ਦੇ ਵਿੱਚ ਤੁਸੀਂ ਕਹਿ ਦਿਓ ਬਾਬਾ, ਅਤੇ ਤੁਹਾਡੀ ਕਿਉਂ ਸੰਗੀਨ ਸਜ਼ਾ ਏ, ਉਹ ਅਸਾਂ ਸੁਣਿਆ ਏ ਉਹ ਵਿੱਚ ਕੈਦ ਖਾਨੇ ਦੇ ਨਹੀਂ ਲੱਭਦੀ ਬਾਣ ਦੀ ਜਾਏ, ਉਹ ਤੇਰੀਆਂ ਧੀਆਂ ਆਣ ਮੁਲਾਕਾਤ ਕਰੇ ਸਨ ਤੇ ਦਿਓ ਖੱਤ ਦੇ ਵਿੱਚ ਇਤਲਾਏ
ਬਗਦਾਦ ਦੇ ਵਸਦੇ ਇੰਝ ਨਾ ਆਖਣੇ ਇਹਦਾ ਕੋਈ ਨਹੀਂ ਪੁੱਤਰ ਬਿਰਾਏ ਮੇਰੇ ਤੇ ਸਵਾਲ ਕਰੋ ਜ਼ਾਕਰ ਜਵੇਦ ਤੂੰ ਜੋ ਆਦਾ ਪਿਆ ਮੌਲਾ ਨੂੰ ਦੱਸਿਆ ਮੌਲਾ ਖਾਦਾ ਜਵਾਬ ਧੀਆਂ ਨੂੰ ਦਿੱਤਾ ਜਾਂ ਕੋਈ ਨਾ ਪਾਕ ਮਿੰਬਰ ਗਵਾਏ ਮੌਲਾ ਧੀਆਂ ਨੂੰ ਖਾਦਾ ਜਵਾਬ ਦਿੱਤਾ ਹੈ ਉਸੇ ਖਾਤੇ ਤਲੇ ਵਾਲੇ ਪਾਸੇ ਮੌਲਾ ਨੇ ਧੀਆਂ ਨੂੰ ਖਾਦਾ ਜਵਾਬ ਦਿੱਤਾ ਹੈ ਸੱਯਦਾ ਦੈ ਖਤ ਨਹੀਂ ਲਿਖਣਾ ਪਰ ਲਿਖਦਾ ਹਾਂ ਤੇ ਬਗੇ ਦਾਦ ਦੀ ਨਜਾ ਸਫਜ਼ਾਦਾ ਉਹ ਈ ਸਾਲ ਦੇ ਵਿੱਚ ਆਲਾਤ ਮੇਰੇ ਥੀ ਗਏ ਹਨ ਸੰਗੀਨ ਜ਼ਿਆਦਾ ਉਹ ਡੰਗ ਥੋੜੇ ਰਹਿ ਗਏ ਮੇਰੀ ਜ਼ਿੰਦਗੀ ਦੇ ਤੇ ਆਇਆ ਨੇੜੇ ਵਕਤ ਕਜ਼ਾ ਦਾ ਸੱਯਦਾ ਦੈ ਮੈਂ ਵੀ ਨਹੀਂ ਵਲਣਾ ਉਹ ਮੈਂ ਨਹੀਂ ਵਲਣਾ ਉਹ ਜਿਵੇਂ ਨਹੀਂ ਵਲਿਆ ਉੱਤੇ ਪੁੱਤ ਵਤਨ ਤੇ ਪਿਓ ਸੁਗਰਾ ਦੁਆ ਬਰਾਏ ਜ਼ਹੂਰ ਇਮਾਮ ਜ਼ਮਾਨ ਅਲੈਹਿ ਸਲਾਤੁ ਵਸਲਾਮ ਬਿਸਮਿਲ੍ਲਾਹਿ ਰਹਿਮਾਨ ਰਹੀਮ ਅੱਲਾਹੁਮਾ ਕੁੱਲੇ ਵਲੀਯੇ ਕਲ ਹੁਜਤ ਬਿਨ ਅਲ ਹਸਨ ਅਲੈਹਿ ਸਲਾਤੁ ਵਸਲਾਮ ਸਲਵਾਤੁਕਾ ਅਲੈਹਿ ਵਾ ਅਲਾ ਆਬਾਇਹਿ ਫੀ ਹਾਜ਼ਿਹਿ ਸਾਅਤ ਵਾ ਫੀ ਕੁੱਲੇ ਸਾਅਤ ਮਿਨ ਸਾਅਤਿ ਲੈਲ ਵਾ ਨਹਾਰ ਵਲੀਯੁਮ ਵਾ ਹਾਫਿਜ਼ੁਮ ਵਾ ਕਾਇਦੁਮ ਵਾ ਨਾਸਿਰੁਮ ਵਾ ਦਲੀਲੁਮ ਵਾ ਆਇਨਾ ਹੱਤਾ ਤੁਸਕਿਨਹੁ ਅਰਜ਼ਕਾ ਤਵਨ ਵਤਮਤੇ ਆਹੂ ਫੀ ਹਾ ਤਵੀਲਾ ਬਿਸਮਿਲ੍ਲਾਹਿ ਰਹਿਮਾਨ ਰਹੀਮ ਰੱਬੇ ਸ਼ਰਾਹਲੀ ਸਦਰੀ ਵਾ ਯਸਰਲੀ ਅਮਰੀ ਵਾਹਲੁਲ ਉਕਦਤੁਮ ਮਿਨ ਲਿਸਅਨੀ ਯਫਕਹੂ ਕੌਲੀ ਰਹੀਮ ਅੱਲਾ ਕਰੀਮ ਅੱਲਾ ਚੌਦਾਂ ਦੀ ਇੱਜ਼ਤ ਅਜ਼ਮਤ ਦੇ ਸਦਕੇ ਤਮਾਮ ਦਾ ਟੁਰਿਆ ਮਨਜ਼ੂਰ ਓ ਮਕਬੂਲ ਫਰਮਾ ਮਾਲਕ ਅੱਲਾ ਇਹਨਾਂ ਦੇ ਕਦਮ ਕਦਮ ਦੇ ਬਦਲੇ ਹਜ਼ਾਰਾਂ ਹਜ਼ਾਰਾਂ ਗੁਨਾਹ ਮਾਫ਼ ਫਰਮਾ ਸਾਦਾਤ ਦਾ ਸਾਇਆ ਉਮਤਿਆਂ 'ਤੇ ਕਾਇਮ ਉਦਾਇਮ ਫਰਮਾ ਇੱਜ਼ਤ ਹੈਦਰ ਦੇ ਸਦਕੇ ਮਾਲਕ ਅੱਲਾ ਸਾਦਾਤ ਦੀ ਜ਼ਿੰਦਗੀ ਦਰਾਜ਼ ਫਰਮਾ ਘਰਾਂ 'ਤੇ ਕਰੋੜਾਂ ਹਰ ਰਹਿਮਤਾਂ ਦਾ ਨਜ਼ੂਲ ਅਤਾ ਫਰਮਾ ਮਾਲਕ ਅੱਲਾ ਇਹਨਾਂ ਦੇ ਟੁਰ ਗਏ ਮਰਹੂਮੀਨ ਦੇ ਦਰਜਾਤ ਬੁਲੰਦ ਫਰਮਾ ਸਗੀਰਾ ਓ ਕਬੀਰਾ ਗੁਨਾਹ ਮਾਫ਼ ਫਰਮਾ ਆਲਾ ਇਲੀ ਯੇ ਨਿਚ ਮਕਾਮ ਅਤਾ ਫਰਮਾ ਅਲਹਮਾ ਸੱਲਾ ਮੁਹੰਮਦ ਵਾ ਅਜਿਲ ਫਰਜਾ ਕਹਿਮ ਅਲ ਮੁਹੰਮਦ ਦਾਮੀ ਦਾ ਡੀਂ ਹੈ ਹੁਸੈਨ ਬਾਦਸ਼ਾਹ ਟੁਰਦੇ ਟੁਰਦੇ ਅਲੀ ਅਕਬਰ ਦੇ ਕੋਲ ਆ ਖੜੇ ਨੇ ਅਲੀ ਅਕਬਰ ਦਾ ਖੱਬਾ ਪਾਸਾ ਚੁੰਮ ਕੇ ਰੋ ਰੋ ਕੇ ਖੜਿਆ ਦਿਨ ਅਕਬਰ ਤੂੰ ਮੇਰਾ ਸੋਹਣਾ ਪੁੱਤਰੇ ਜੈ ਵੇਲੇ ਹੁਸੈਨ ਇਹ ਗੱਲ ਕੀਤੀ ਇਹੋ ਮੰਜ਼ਰ ਡਿੱਠਾ ਜਨਾਬ ਕਾਸਿਮ ਜਲਦੀ ਦੇ ਨਾਲ ਟੁਰਿਆ ਬਾਬਾ ਜੀ ਉੱਥਾਂ ਆਏ ਜਿੱਥਾਂ ਮਾਂ ਮਿੱਟੀ 'ਤੇ ਰੋਂਦੀ ਬੈਠੀ ਐਸ ਮਾਂ ਦੇ ਪਾਸੇ ਦੇਖ ਕੇ ਰੋ ਰੋ ਕੇ ਖੜਾ ਦੇ ਅੰਮਾ ਮੈਕੂ ਸੱਚ ਦੱਸਾ ਮੈਕੂ ਬਾਬਾ ਇਵੇਂ ਚੁੰਮਦਾ ਹਾਂ ਉੱਠਿਓ ਡੁਬੈਣ ਪੜਦਾ ਅਮੀਰ ਕਾਸਿਮ ਦੀ ਗੁਰਬਤ ਦੇ ਸਾਰਾ ਮਜ਼ਮੂਨ ਸੁਣੀ ਬੈਠਿਓ
ਕੋਸ਼ਿਸ਼ ਕਰੇਂਦਾ ਦੋ ਚਾਰ ਆਂਸੂ ਇਬਾਦਤ ਦੀ ਖਾਤਰ ਕਾਸਿਮ ਦੀ ਮਾਂ ਕੋ ਜ਼ਰੂਰ ਦੇ ਕੇ ਵਜੇ ਅਦਾ ਪੀਆਂ ਜਾਂਦੀ ਮਾਂ ਪੁੱਛਿਆ ਮਦਾ ਕਾਸਿਮ ਕਿਨ ਗਏ ਸ਼ਾਗੰਢੜੀ ਖੋਲ ਦਿਖਾਈ ਬੀਬੀ ਮੂੰਹ ਬਚੜੇ ਦਾ ਚੁੰਮਣ ਲੱਗੀ ਉਹ ਤਸਵੀਰ ਨਜ਼ਰ ਨਾ ਕਾਸਿਮ ਲਾਲ ਜੈ ਵੇਲੇ ਚਾਚੇ ਕੋਲ ਇਜਾਜ਼ਤ ਗਿਣਨ ਆਏ ਇਜਾਜ਼ਤ ਨਹੀਂ ਮਿਲੀ ਰੋਂਦਾ ਹੋਇਆ ਕਾਸਿਮ ਟੁਰ ਪਏ ਮਾਂ ਦੇ ਖੈਮੇ ਦੇ ਨਾਲ ਉੱਪੀਆ ਗੁਜ਼ਰਦਾ ਹਾਂ ਬੁੱਢੜੀ ਮਾਂ ਕਲ ਮਾਰ ਕੇ ਦੇ ਕਾਸਿਮ ਮੈਂ ਕੁੜਸਾ ਅੱਜਾ ਜੀਂਦਾ ਵਧਾ ਹੈ ਆਦਾ ਅੰਮਾ ਚਾਚੇ ਕੋਲ ਮੈਂ ਕੋ ਚਾਚਾ ਇਜਾਜ਼ਤ ਨਹੀਂ ਦਿੰਦਾ ਅਮਨ ਮੈਂ ਕੁੜਸਾ ਮੈਂ ਯਤੀਮ ਕਿਨ ਵੰਜਣਾ ਹੈ ਮੈਂ ਯਤੀਮ ਕਿਨ ਵੰਜਣਾ ਅੱਜ ਕਾਸਿਮ ਦੇ ਕਰੀਬਾ ਕਾਸਿਮ ਮੌਲਾ ਕਰੀਬਾ ਬੈਠੇ ਬੀਬੀ ਪੁੱਤਰ ਦੀ ਦਾੜੀ ਤੇ ਬੋਸ ਦੇ ਕੇ ਆਦੀਏ ਮੁਕੱਦਾ ਮੇਰੀ ਗੁਰਬਤ ਦੀ ਤਫਰੀ ਬਚੜਾ ਹੁਣ ਕਰ ਨਹੀਂ ਦੇਰ ਹਾਏ ਰਜ਼ੀਆ ਅਗਲੀ ਸੱਤਰ ਸੁਣਾਏ ਬੀਬੀਆ ਦੇ ਹੱਥ ਰੱਖ ਚਾਚੇ ਦੇ
ਅੱਜ ਫਜਰ ਵੇਲੇ ਦੇ ਸੁਣਦੀ ਪਈਆਂ ਦੇ ਵਣ ਅਕਬਰ ਪੁੱਤਰ ਦੀ ਲਾਸ਼ ਤੇ ਘੋੜੇ ਹਾਏ ਪਿਓ ਦੇ ਜਨਾਜ਼ੇ ਚ ਤੀਰ ਪੁੱਤਰ ਦੀ ਲਾਸ਼ ਤੇ ਘੋੜੇ ਤਫਸੀਲਾਂ ਜੁਮਲਾ ਨਾ ਪੜਦਾ ਹੁਸੈਨ ਬਾਦਸ਼ਾਹ ਕਾਸਿਮ ਦੇ ਟੁਕੜਿਆਂ ਦੀ ਗੰਢ ਬਣਾ ਕੇ ਕਾਸਿਮ ਦੀ ਮਾਂ ਦੇ ਖੈਮੇ ਦੇ ਦਰਵਾਜ਼ੇ ਤੇ ਆ ਖੜਾ ਹੈ ਰੋ ਰੋ ਖੜਾ ਦੇ ਕਾਸਿਮ ਦੀ ਮਾਂ ਜਲਦੀ ਆ ਬੱਚੜਾ ਮਿਲਣਾ ਆਈ ਬੱਚੜਾ ਮਿਲਣਾ ਆਈ ਮੜੀ ਸੈਣੀ ਵੇ ਆਈਏ ਜਿਵੇਂ ਜੀ ਕਲ ਪਾਸੇ ਪਾਣੀ ਆਉਂਦਾ ਹੈ ਰੋ ਕੇ ਆ ਦੇ ਹੁਸੈਨ ਮੈਂ ਕੁ ਦੱਸਾਂ ਮੈਂ ਕੁ ਦਿਸਦਾ ਕੁਝ ਨਹੀਂ ਕਿਨ ਗਏ ਮੇਰਾ ਕਾਸਿਮ ਪੜਨਾ ਚਾਹਨਾ ਅੱਲਾ ਜ਼ਿੰਦਗੀ ਦੇਵੇ ਬਾਬੇ ਗਜੂਰ ਸ਼ਾਹ ਸਾਬਰ ਕੋ ਉਹ ਪੜਦੇ ਰਹਿੰਦੇ ਜੈਮਲੇ ਮਨੀ ਸੈਨ ਨੇ ਆਖਿਆ ਕਿਨ ਗਏ ਮੇਰਾ ਕਾਸਿਮ ਹੁਣ ਹੁਸੈਨ ਰੋਂਦਾ ਰੋਂਦਾ ਜ਼ਮੀਨ ਤੇ ਬਹਿ ਗਏ ਭਰਜਾਈ ਦੇ ਪਾਸ ਦੇਖ ਰੋ ਰੋਕ ਬੈਠਾ ਦੇ ਭਰਜਾਈ ਅੰਮਾ ਮੈਡੋ ਦੇਖ ਜਿਹੜੀ ਕੁਰਬਾਨੀ ਅੱਲਾ ਦੇ ਰਾਤ ਦਿੱਤੀ ਵਨੇ ਉਹਦਾ ਤਰਾ ਹਿੱਸੇ ਕੀਤੇ ਮੈਨੇ ਸੈਯਦਾ ਦਾ ਮੈਡੀ ਗੁਰਬਤ ਦੇਖ ਨੂੰ ਹਿੱਸੇ ਵੰਡਾਇਆ ਇੱਕ ਹਿੱਸਾ ਚਾਇਆ ਇੱਥੇ ਦਾ ਕਾਸਿਮ ਇੱਕ ਰਾਜ ਕਰੋ ਬੀਬੀਆ ਦੇ ਹੈ ਸਰਦਾਰ ਤੇ ਮੇਰੇ ਪੁੱਤਰ ਕੋ ਦਫਨ ਕਿਉਂ ਨੀ ਵੇ ਕੀਤਾ ਜੈ ਵੇਲੇ ਦਫਨ ਦਾ ਨਾਮ ਹੈ ਰਾਜ ਰੁਨੈ ਹੁਸੈਨ ਤੇ ਭਰਜਾਈ ਦੇ ਪਾਸ ਦੇ ਕੇ ਰੋ ਰੋ ਕੇ ਬੈਠਾ ਦੇ ਸਯਾ ਦਾਦਾ ਜਾ ਦਫਨ ਦੇ ਕਾਬਲ ਅੱਲਾ ਵਿੱਚ ਮੈਂ ਦਫਨਾਏ ਉਹ ਮੈਂ ਕੋਈ ਸਾ ਨਹੀਂ ਸਾਬਤ ਮਿਲਿਆ ਬਹੁ ਫਿਰੀਆਂ ਵਿੱਚ ਹਾਏ ਹਾਂਜੀ ਵਾਸੀ 'ਚ ਨਹੀਂ ਹੈ ਕਰਨਾ ਵਾਸੀ 'ਚ ਬਿਸਮਿਲਾ ਕਰ ਬਿਸਮਿਲਾ ਕਰ ਬਿਸਮਿਲਾ ਕਰ ਮੈਂ ਕਰ ਪਰਦੇ ਸਲਾਮਤ ਹੋ ਉਹ ਮੈਂ ਕੋਈ ਸਾ ਨਹੀਂ ਸਾਬਤ ਮਿਲਿਆ ਬਹੁ ਫਿਰੀਆਂ ਵਿੱਚ ਹਾਏ ਸਾਰਾ ਬਿਸਮਿਲਾ ਕਰਾਂ ਬਿਸਮਿਲਾ ਕਰਾਂ ਅਲੀ ਜਾਇਆ ਰਾਜੀਆਂ ਸਯਦਾ ਦਾ ਪੂਰਾ ਜਿੱਤ
ਸ਼ਿਫਾਏ ਗਰੀਬਾ ਦਾ ਇਹੋ ਕਾਸਮ ਹੈ ਜਿਹੜਾ ਘਿਨ ਆਇਆ ਦੇ ਵੋ ਬੀਬੀਆਂ ਕੋ ਇਤਲਾ ਬੀਬੀ ਗੰਢ ਖੋਲੀਏ ਇੱਕ ਟੁਕੜਾ ਚਾਹੀਦੀ ਹੈ ਅੱਖਾਂ ਦੇ ਬਰਾਬਰ ਗਿਨਾਂ ਦੇ ਚੁੰਮਦੀ ਹੈ ਚਾਦਰ 'ਚ ਰੱਖ ਛੁੜੇਂਦੀ ਹੈ ਵੀ ਆ ਟੁਕੜਾ ਚਾਹੀਦੀ ਹੈ ਅੱਖਾਂ ਦੇ ਬਰਾਬਰ ਗਿਨਾਂ ਦੀ ਹੈ ਚੁੰਮਦੀ ਹੈ ਚਾਦਰ 'ਚ ਰੱਖ ਛੁੜੇਂਦੀ ਹੈ ਇਹੋ ਮੰਜ਼ਰ ਕਾਇਮ ਡਿੱਠਾ ਆਲੀਆ ਸੈਣ ਜਲਦੀ ਦੇ ਨਾਲ ਉਬਾਲ ਕਦਮ ਚਾ ਕੇ ਭਰਜਈ ਦੇ ਕੋਲਾ ਬੈਠੀਏ ਆਦੇ ਭਰਜਈ ਅੰਮਾ ਮੈਂ ਕੁਦਸਾ ਕਿਆ ਬੈਠੇ ਗੁਲੇਂਦੇ ਹੋ ਉਸ ਵੇਲੇ ਕਾਸਿਮ ਦੀ ਮਾਂ ਆਲੀਆ ਸੈਣ ਦੇ ਪਾਸ ਦੇਖ ਕੇ ਰੋ ਰੋ ਕੇ ਬੈਠੀ ਅੱਜ ਬੀਬੀ ਆਦੇ ਬੈਠੀ ਬਰ ਗੁਲੇਂਦਿਆ ਓ ਚਰੇ ਦੇ ਮੋ ਪੁੱਤਰ ਦਾ ਚੁੰਮ ਦੀ ਹਾਮੀ ਉਹ ਪਰ ਨਹੀਂ ਲੱਭਦੇ ਰੁਖਸਾਰ ਕਾਸਿਮ ਦੇ ਮੈਂ ਡਿੱਠੇ ਹਿਮ ਬਾਰੇ ਆਏ ਗਤਮਾ ਉਜੜੀ ਕੂਥੀ ਵਿਵਹਾਰ ਸਨਾਲ ਹਾਏ ਲਿਕਲਾ ਮਿੰਬਰ ਦੀ ਇੱਜ਼ਤ ਕਸਮ ਅਕਲ ਮਾਰ ਕੇ ਅਜੇ ਅੰਮਾ ਫਿਜ਼ਾ ਵਨ ਜਲਦੀ ਕਰ ਮੇਰੀ ਨੂੰਹ ਕੋ ਸਾਡਾ ਮੇਰੀ ਸੈਣੀ ਵੀ ਆਈ ਹੈ ਜਿਵੇਂ ਝੀਕ ਵਾਲੇ ਪਾਸੇ ਪਾਣੀ ਆਉਂਦਾ ਹੈ ਆ ਕੇ ਵਾਰਸ ਦੇ ਟੁਕੜਿਆਂ ਦੇ ਕੋਲ ਬਹਿ ਗਈਏ ਮੇਰੀ ਸੈਣ ਟੁਕੜਿਆਂ ਦੇ ਕੋਲ ਬਹਿ ਕੇ ਤ੍ਰੈ ਵੈਣ ਕੀਤੇ ਪਹਿਲਾ ਵੈਣ ਕਰਕੇ ਅਜੇ ਚਾਚੇ ਜਾਇਆ ਮੈਂ ਡੋਡੇਖ ਮੈਂ ਤੇਰੀ ਰਾਤ ਦੀ ਪਰਨੀ ਹੋਈ ਬੇਵਾ ਆਏ ਦੂਜਾ ਵੈਣ ਕਰਕੇ ਦੇ ਚਾਚਾ ਜਾਇਆ ਮੈਂ ਡੋਡੇਖ ਮੈਂ ਤੇਰੇ ਬਾਦ ਸ਼ਾਮ ਮੰਜਣਾ ਹੈ ਤੀਜਾ ਵੈਣ ਕਰਕੇ ਦੇ ਚਾਚਾ ਜਾਇਆ ਬੋਲ ਨਾ ਬੋਲ ਹੇ ਤੇਰੀ ਮਰਜ਼ੀ ਦੀ ਬਾਤ ਮੈਂ ਗਰੀਬ ਦੀ ਧੀਆ ਤ੍ਰੈ ਵੈਣ ਕੀਤੇ ਨੇ ਕੋਈ ਜਵਾਬ ਨਹੀਂ ਮਿਲਾ ਹੁਣ ਮੇਰੀ ਸੈਣ ਬੇਵਸਤੀ ਗਈ ਹੈ ਰੋ ਰੋ ਕੇ ਬੈਠਿਆ ਦੇ ਉੱਠੀ ਜਾਗ ਵੇ ਸੇਰੀਆਂ ਵਾਲੇ ਜਾ ਉੱਠੀ ਜਾਗ ਵੇ ਸੇਰੀਆਂ ਵਾਲੇ ਸੀਨੇ ਤੇ ਹੱਥ ਮੈਂ ਰਹਿੰਦਾ ਮੈਂ ਨਿਆਜ਼ ਹੁਸੈਨ ਸੇਰੀਆਂ ਵਾਲੇ ਆ ਉੱਠੀ ਜਾਗ ਵੇ ਸੇਰੀਆਂ ਵਾਲੇ ਉੱਠੀ ਜਾਗ ਵੇ ਸੇਰੀਆਂ ਵਾਲੇ ਆ ਕੋਈ ਖਤ ਦੀ ਖਬਰ ਸੁਣਾ ਸਹਿਰੇ ਖਾ ਕਿਚ ਰਲ ਗਏ ਹਿੰਨ ਤੇਰੇ ਸਹਿਰੇ ਖਾ
ਵਿੱਚ ਰਲ ਗਏ ਹਨ ਤੋਣੇ ਗਾਣਾ ਆ ਬਦਵਾਵੇਂ ਮਿੰਬਰ ਦੀ ਇੱਜ਼ਤ ਕਸਮੇ ਕਾਸਮ ਦੀ ਬਨਰੀ ਕਾਸਮ ਦੇ ਟੁਕੜਿਆਂ ਦੇ ਕੋਲ ਬਹਿ ਕੇ ਇਹੋ ਜਿਹੀਆਂ ਵੈਣ ਕੀਤੇ ਜੋ ਕਰਬਲਾ ਦੀ ਨਗਰੀ ਹੱਲਣ ਲੱਗ ਗਈ ਏ ਰੋ ਰੋ ਕੇ ਬੈਠੀਆ ਦੇ ਚਾਚੇ ਜਾਇਆ ਬੋਲ ਨਾ ਬੋਲ ਹੇ ਤੇਰੀ ਮਰਜ਼ੀ ਦੀ ਬਾਤ ਤੂੰ ਅਮੀਰ ਦਾ ਪੁੱਤਰ ਜਾਗੀ ਤਾਂ ਸਹੀ ਤੇ ਕੋ ਮਿਲਣ ਗਰੀਬ ਦੀ ਧੀ ਆਈ ਮੇਰੇ ਪੇਕੇ ਸਾਬਰੇ ਮਾਰੇ ਗਏ ਤੇ ਮਿਲਣ ਭੀਰਾ ਮਾ ਮੋਈ ਦਸਤਾ ਸਹੀ ਮੈਂ ਕਿਨ ਮੰਨਣਾ ਜ਼ਰਾ ਦਸਤਾ ਸਹੀ ਮੈਂ ਕਿਨ ਮੰਨਣਾ ਕੋਈ ਰਾਹ ਮੈਂ ਕੋ ਦਿਖ ਲਾਵੇਂ ਰਹੀਮ ਅੱਲਾ ਕਰੀਮ ਅੱਲਾ ਇਹ ਸਹਿਰੀਆਂ ਵਾਲੇ ਦੀ ਇੱਜ਼ਤ ਦਾ ਸਦਕਾ ਮਾਲਕ ਅੱਲਾ ਜਿਤਨੇ ਟੂਰਨ ਇਹਨਾਂ ਦੇ ਝੋਲੀਆਂ ਖਾਲੀ ਨਾ ਬੁਲਾਵੇਂ ਇਹਨਾਂ ਦੇ ਨੇਕ ਦਿਲੀ ਹਾਜਾਤ ਮਨਜ਼ੂਰ ਮਕਬੂਲ ਫਰਮਾਵੇਂ ਮਾਲਕ ਅੱਲਾ ਸਾਦਾਤ ਦੀ ਜ਼ਿੰਦਗੀ ਦਰਾਜ਼ ਫਰਮਾਓ ਮਾਲਕ ਅੱਲਾ ਬਾ ਵਿਆਰ ਅਫਸ਼ਾਹ ਦੇ ਪੁੱਤਰਾਂ ਬੇਰਾਵਾਂ ਦੀ ਜ਼ਿੰਦਗੀ ਦਰਾਜ਼ ਫਰਮਾ ਮਾਲਕ ਅੱਲਾ ਇਹਨਾਂ ਦੇ ਰਿਜ਼ਕ ਖੈਰ 'ਚ ਵਸਤ ਅਤਾ ਫਰਮਾ ਮਾਲਕ ਅੱਲਾ ਇਹ ਪੂਰੇ ਅਜਰ ਅਸ਼ਰੇ ਦੇ ਮਜਲਸਾਂ ਦਾ ਸਵਾਬ ਇਹਨਾਂ ਦੇ ਜਿਤਨੇ ਲਵਾਹਕੀਨ ਬਜ਼ੁਰਗ ਮਰਦ ਮਸਤੂਰਾਤ ਇਹਦੇ ਰਫਾਨੀ ਤਕੂਚ ਕਰ ਗਏ ਬਿਲਖਸੂਸ ਜਿਨ੍ਹਾਂ ਦਾ ਫਾਤਿਹਾ ਪੜ੍ਹਨ ਵਾਲਾ ਕੋਈ ਨਹੀਂ ਉਹਨਾਂ ਦੇ ਰੂਹ ਇਸਾਲ ਫਰਮਾ ਮਾਲਕ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾ ਸਗੀਰਾ ਓ ਕਬੀਰਾ ਗੁਨਾਹ ਮਾਫ਼ ਫਰਮਾ ਆਲਾ ਇਲੀਯੀਨ ਚ ਮਕਾਮ ਅਤਾ ਫਰਮਾ ਇੱਜ਼ਤ ਹੈਦਰ ਦੇ ਸਦਕੇ ਮਾਲਕ ਅੱਲਾ ਅੱਜ ਦੀ ਰਾਤ ਦੇ ਸਦਕੇ ਸੇਰੀਆਂ ਵਾਲੇ ਕਾਸਮ ਦੀ ਇੱਜ਼ਤ ਦੇ ਸਦਕੇ ਜਿਤਨੇ ਨੌਜਵਾਨ ਭਰਾ ਹਨ ਮਾਲਕ ਇਹਨਾਂ ਦੀ ਜ਼ਿੰਦਗੀ ਦਰਾਜ਼ ਫਰਮਾ ਇਹਨਾਂ ਦੀਆਂ ਬਹਿਣਾ ਇਹਨਾਂ ਕੋ ਸਿਹਰੇ ਪਾਵੇਂ ਕਿਸਮਤ ਨਿਖੜੀ ਸਹਿਣ ਦੀ ਜਿਹੜੀ ਅਕਬਰ ਕੋ ਸੇਰਾ ਨਹੀਂ ਪਾ ਸੰਗੀ ਕਾਸਿਮ ਕੋ ਸੇਰਾ ਨਹੀਂ ਪਾ ਸੰਗੀ ਮਾਲਕ ਅੱਲਾ ਸੁਗਰਾ ਸਹਿਣ ਦੀ ਇੱਜ਼ਤ ਦੇ ਸਦਕੇ ਮਾਲਕ ਅੱਲਾ ਅੱਜ ਦੀ ਰਾਤ ਦੇ ਸਦਕੇ ਜਿਤਨੇ ਮੂਮਿਨ ਬੇ ਔਲਾਦ ਇਨ ਸਹਿਬ ਔਲਾਦ ਫਰਮਾਵੇ ਜਿਤਨੇ ਮੂਮਿਨ ਬਿਮਾਰ ਇਨ ਸ਼ਿਫਾਏ ਕਾਮਲਾ ਆਜਲਾ ਇਨਾਇਤ ਫਰਮਾਵੇ ਮਾਲਕ ਅੱਲਾ ਅਸਾਂ ਵਾਰਿਸ ਦੇ ਆਉਂਦਿਆਂ ਬੇ ਵਾਰਿਸ ਹੈ ਸਾਡੇ ਵਾਰਿਸ ਇਮਾਮ ਜ਼ਮਾਨ ਦਾ ਜਲ ਜ਼ਹੂਰ ਫਰਮਾ ਸਾਕੂ ਇਸ ਕਾਬਿਲ ਬਣਾ ਸਰਕਾਰ ਦੀ ਨਲਾਇਨ ਤੇ ਬਹੁਤ ਸਾਡੇ ਹੋਣੇ ਦੇ ਕਾਬਿਲ ਹੋ ਸਕੂੰ ਮਾਲਕ ਅੱਲਾ ਇਤਨੇ ਤੱਕ ਕਈ ਮੂਮਿਨ ਮਾਤਮੀ ਅਜ਼ਾਦਾਰ ਕੋ ਪਰਦਾਦਾਰ ਮੇਰੇ ਮਾਵਾਂ ਤੇ ਬਹਿਣਾ ਕੋ ਪਾਕ ਬੀਬੀਆਂ ਸਹੀ ਆਜ਼ਾਦੀਆਂ ਕੋ ਮੌਤ ਨ ਦੇਵੇਂ ਜਿਤਨੇ ਤੱਕ ਕਰਬਲਾ ਸ਼ਾਮ ਦੀ ਜ਼ਵਾਰੀ ਨਸੀਬ ਨਾ ਹੋਵੇ ਮਰੂ ਇਵੇਂ ਹੁਸੈਨ ਹੁਸੈਨ ਕਰੇ ਨੇ ਉੱਠੂ ਅਲੀ ਅਲੀ ਕਰੇ ਨੇ ਦਾਮਨ ਪੰਜਾਂ ਤੇ ਬਾਰਾਂ ਦਾ ਹੋਵੇ ਹੱਥ ਅਸਾਂ ਗੁਨਾਹਗਾਰਾਂ ਦਾ ਹੋਵੇ ਤਮਾਮ ਦੁਆਵਾਂ ਦੀ ਕਬੂਲੀਅਤ ਵਾਸਤੇ ਮਿਲ ਕੇ ਉੱਚੀ ਆਵਾਜ਼ ਨਾਲ ਸਲਵਾਤ।